ਪਿਛਲੇ ਦਿਨੀ ਕੁਝ ਸੋਸ਼ਲ ਮੀਡੀਆ ਤੇ ਕੁਝ ਕ ਨਿਊਜ਼ ਵੀ ਐਕਟਿਵ ਹੋਈਆਂ ਸੀ, ਪ੍ਰੈਕਟੀਕਲ ਵੀ ਸੀ ਵੀ ਇੱਕ ਕੁਝ ਨਿਹੰਗ ਸਿੰਘ ਨੇ ਕਿਸੇ ਨੇ ਜਿਹੜੇ ਇਸ ਸ਼ਹਿਰ ਦੇ ਵਿੱਚ ਬੀੜੀਆਂ ਸਿਗਰਟਾਂ ਵਾਲਿਆਂ ਨੂੰ ਇੱਕ ਧਮਕੀ ਦਿੱਤੀ ਸੀ ਵੀ ਉਹ ਦੁਕਾਨਾਂ ਜਿਹੜੀਆਂ ਇੱਥੋਂ ਛੱਡ ਕੇ ਚਲੇ ਜਾਣ, ਇਹਨਾਂ ਨੂੰ ਵੇਚ ਨਹੀਂ ਦੇਣਾ। ਉਸ ਦੇ ਇੱਕ ਦੂਸਰੀ ਸੀਗੀ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਕਿਸੇ ਨਿਹੰਗ ਸਿੰਘ ਨੇ ਜਾ ਕੇ ਉੱਥੋਂ ਦੇ ਬੱਚਿਆਂ ਨੂੰ ਧਮਕੀਆਂ ਦਿੱਤੀਆਂ ਸੀ ਵੀ ਤੁਸੀਂ ਜੇ ਬੀੜੀਆਂ ਸਿਗਰਟਾਂ ਪੀਓਗੇ ਤੁਹਾਡੀ ਜਿਹੜੀ ਆ ਤੁਹਾਡੀ ਜਿਹੜੀ ਉਹ ਬਾਂਹ ਜਿਹੜੀ ਖਤਮ ਲਾ ਦਿੱਤੀ ਜਾਵੇਗੀ। ਅਜਿਹੀਆਂ ਇਹਨਾਂ ਨੂੰ ਧਮਕੀ ਭਰੇ ਕੁਛ ਨਾ ਕੁਛ ਅਜਿਹੀ ਕਾਰਵਾਈ ਕੀਤੀ ਸੀ, ਜਿਸ ਤਹਿਤ ਅਸੀਂ ਦੋਨਾਂ ਹੀ ਜਿਹੜੀਆਂ ਵਾਰਦਾਤਾਂ ਦੇ ਵਿੱਚ ਪਹਿਲੇ ਦੇ ਵਿੱਚ ਮੁਕਦਮਾ ਨੰਬਰ 103 ਥਾਣਾ ਏ ਡਿਵੀਜ਼ਨ ਦੇ ਵਿੱਚ ਦਰਜ ਕਰਕੇ ਉਹਦੇ 'ਚ ਜਿਹੜਾ ਉਹ ਸੋਸ਼ਲ ਮੀਡੀਆ 'ਤੇ ਇਸ ਵਪਾਰ ਕਰਨ ਵਾਲਿਆਂ ਨੂੰ ਜਿਹਨੇ ਧਮਕੀ ਦਿੱਤੀ ਸੀ, ਮਲਕੀਤ ਸਿੰਘ ਔਰ ਪੰਜਾਬ ਸਿੰਘ ਪੁੱਤਰ ਦਿਲਵਾਗ ਸਿੰਘ ਵਾਸੀ ਸੁਲਤਾਨ ਪਿੰਡ ਪੰਡੋਰੀ ਅੰਮ੍ਰਿਤਸਰ, ਉਹਨੂੰ ਲੋਕਾਂ ਨੂੰ ਨਫ਼ਰਤ ਬਾਰੇ ਭਾਸ਼ਣ ਦੇਣਾ, ਸ਼ਰਾਬ ਮੀਟ ਤੰਬਾਕੂ ਆਦਿ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਦੀਆਂ ਧਮਕੀਆਂ ਦੇਣੀਆਂ ਅਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੇ ਕਾਰਨ ਉਹਨੂੰ ਜਿਹੜਾ ਗ੍ਰਿਫਤਾਰ ਕਰਕੇ ਉਸ ਮੁਕੱਦਮੇ ਦੇ ਵਿੱਚ ਉਹਨੂੰ ਜਿਹੜਾ ਪੇਸ਼ ਅਦਾਲਤ ਕੀਤਾ ਜਾ ਰਿਹਾ। ਇਸੇ ਤਰ੍ਹਾਂ ਦੂਸਰਾ ਮੁਕੱਦਮਾ ਜਿਹੜਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਜਿਨ੍ਹਾਂ ਦੇ ਵਿਦਿਆਰਥੀ ਜਦੋਂ ਆਪਣੀ ਮੈਨੇਜਮੈਂਟ ਇੰਸਟੀਚਿਊਟ ਤੋਂ ਆਪਣੇ ਰਿਹਾਇਸ਼ੀ ਹੋਸਟਲ 'ਤੇ ਜਾਂਦੇ ਸੀ ਉਹਨਾਂ ਦੇ ਰਸਤੇ ਵਿੱਚ ਉਹਨਾਂ ਨੇ ਮਨਾਹੀ ਕੀਤੀ ਸੀ ਜੇ ਕੋਈ ਸਿਗਰਟ ਬੀੜੀ ਪਊਗਾ ਉਹਦੇ ਖਿਲਾਫ਼ ਅਸੀਂ ਅਜਿਹੀ ਕਾਰਵਾਈ ਕਰਾਂਗੇ। ਉਸ ਦਾ ਵੀ ਅਸੀਂ ਮੁਕੱਦਮਾ ਨੰਬਰ 114 ਧਾਰਾ 333 126 2 351 BNS ਥਾਣਾ ਛੇਹਰਟਾ 'ਚ ਦਰਜ ਕੀਤਾ ਸੀ। ਇਸ ਮੁਕੱਦਮੇ ਦੇ ਵਿੱਚ ਵੀ ਅਸੀਂ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਔਰ ਫਿਕਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਘਨੂਪਰ ਕਾਲੇ ਛੇਹਰਟਾ ਜਿਹੜਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਅਤੇ ਉਹਦੇ ਖਿਲਾਫ਼ ਵੀ ਅਜਿਹੀਆਂ ਧਮਕੀ ਭਰੀਆਂ ਕਾਰਵਾਈਆਂ ਕਰਨ ਦਾ ਅਤੇ ਜੋ ਵੀ ਉਹਨੇ ਐਕਸ਼ਨ ਕੀਤੇ ਸੀ ਉਹਦੇ ਤਹਿਤ ਉਹਦੇ ਖਿਲਾਫ਼ ਕਾਰਵਾਈ ਕੀਤੀ ਆ। ਇਸੇ ਤਰ੍ਹਾਂ ਇੱਕ ਸੋਸ਼ਲ ਮੀਡੀਆ 'ਤੇ ਐਕਟਿਵ ਸੀ, ਪਿੱਛੇ ਕੋਈ ਬਾਹਰੋਂ ਕੋਈ ਸ਼ਰਧਾਲੂ ਆਏ ਸੀ, ਉਹਨਾਂ ਤੋਂ ਦਰਬਾਰ ਸਾਹਿਬ ਦੇ ਜਾਂਦਿਆਂ ਹੋਇਆਂ ਰਾਤ ਦੇ 12 ਵਜੇ ਦੇ ਕਰੀਬ ਦੋ ਵਿਅਕਤੀਆਂ ਨੇ ਕਿਸੇ ਲੇਡੀ ਦਾ ਪਰਸ ਖੋਇਆ ਸੀ। ਉਹ ਲੇਡੀ ਰਾਜਦੀਪ ਮਹੱਤਨਾ ਸੀਗੀ ਜਿਹੜੀ ਕਿ ਅਸਾਮ ਦੇ ਵਿੱਚੋਂ ਆਈ ਸੀ, ਆਪਣੀ ਮਾਂ ਅਤੇ ਭੈਣ ਦੇ ਨਾਲ ਆਈ ਸੀ। ਉਹਨਾਂ ਤੋਂ ਕੋਈ ਦੋ ਵਿਦਾਊਟ ਜਿਹੜੇ ਨੰਬਰ ਬਾਈਕ ਵਾਲਿਆਂ ਨੇ ਆ ਕੇ ਉਹਨਾਂ ਤੋਂ ਉਹਨਾਂ ਦਾ ਪਰਸ ਖੋਇਆ ਸੀ। ਉਸ ਦੋਸ਼ੀ ਇਹ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀਗੀ, ਇਹ ਉਹ ਵੀ ਅਸੀਂ ਜਿਹੜਾ ਦੋਸ਼ੀ ਆ ਗ੍ਰਿਫਤਾਰ ਕਰ ਲਿਆ, ਮੋਟਰਸਾਈਕਲ ਰਿਕਵਰ ਕਰ ਲਿਆ ਅਤੇ ਬਾਕੀ ਉਹਦੀ ਜਿਹੜੀ ਇਨਵੈਸਟੀਗੇਸ਼ਨ ਆ ਸਾਡੀ ਜਿਹੜੀ ਚੱਲ ਰਹੀ। ਇਸੇ ਤਰ੍ਹਾਂ ਇੱਕ ਥਾਣਾ ਸਦਰ ਦੇ ਵਿੱਚ ਪਿੱਛੇ ਜੇ ਇੱਕ ਜਿਨ੍ਹਾਂ ਨੂੰ ਇੱਕ ਕੋਈ ਹਿੰਦੂ ਨੇਤਾ ਸੀ, ਹਿੰਦੂ ਨੇਤਾ ਨਹੀਂ ਸੀ ਬੇਸਿਕਲੀ ਹਿੰਦੂ ਵਿਅਕਤੀ ਸੀਗਾ, ਪਰੰਤੂ ਉਹਨੂੰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕੁਛ ਸਾਡੇ ਜਿਹੜੀ ਆਰਗੇਨਾਈਜੇਸ਼ਨ ਦੇ ਕਿਸੇ ਇੰਡੀਵਿਜੁਅਲ ਵਿਅਕਤੀਆਂ ਵੱਲੋਂ, ਨੋਟ ਫਰੋਮ ਆਰਗੇਨਾਈਜੇਸ਼ਨ। ਉਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜਾ ਕਿਸੇ ਸਾਡੇ ਜਿਹੜਾ ਵਰਕਰ ਆ, ਇਹ ਪੁਰਾਣਾ, ਇਹ ਸਾਡਾ ਲੀਡਰ ਹੈ, ਉਹ 'ਤੇ ਹਮਲਾ ਹੋਇਆ। ਉਹਨੂੰ ਉਹ ਵੀ ਅਸੀਂ ਜਿਹੜਾ ਟਰੇਸ ਕਰ ਲਿਆ, ਉਹਦੀ ਡਿਟੇਲ ਐਜ਼ ਆਫ ਨਾਓ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ। ਉਹਦੇ ਵਿੱਚ ਕੋਈ ਵੀ ਕਿਸੇ ਧਰਮ ਦਾ ਜਾਂ ਕਿਸੇ ਸੰਸਥਾ ਦੇ ਕੋਈ ਅਗੇਂਸਟ ਵਾਲੀ ਕੋਈ ਗੱਲ ਨਹੀਂ ਸੀ। ਉਹਦੇ 'ਚ ਉਸ ਵਿਅਕਤੀ ਦੇ ਖਿਲਾਫ਼ NDPS ਦਾ ਇੱਕ ਪਰਚਾ ਦਰਜ ਸੀਗਾ ਜਿਹੜਾ ਜ਼ਖਮੀ ਹੋਇਆ ਸੀ। ਉਹਦੇ ਲੜਕੇ ਦੇ ਖਿਲਾਫ਼ ਵੀ ਜਿਹੜੇ 5 ਮੁਕੱਦਮੇ ਦਰਜ ਸੀਗੇ ਜਿਨ੍ਹਾਂ ਦੇ ਵਿੱਚ ਆਲਰੇਡੀ ਜੇਲ੍ਹ ਦੇ ਵਿੱਚ ਆ। ਉਹ ਮੋਟਿਵ ਸੀ ਜਿਹੜਾ ਉਹਨਾਂ ਦਾ, ਉਸ ਸੰਬੰਧ ਦੇ ਵਿੱਚ ਕੋਈ ਹੋਰ ਰਿਲੇਟਡ ਮੋਟਿਵ ਸੀਗਾ, ਉਹਦੇ 'ਚ ਕੋਈ ਜਾਤ ਪਾਤ ਧਰਮ ਜਾਂ ਕਿਸੇ ਪਾਰਟੀਕੁਲਰ ਸਮੁਦਾਇ ਦੇ ਬਾਰੇ ਨਹੀਂ ਸੀਗਾ। ਅਤੇ ਉਹ ਕੇਸ ਵੀ ਆਲਮੋਸਟ ਫਾਈਨਲ ਹੋ ਗਿਆ। ਅਸੀਂ ਸਾਰੀਆਂ ਹੀ ਜਿਹੜੀਆਂ ਜਥੇਬੰਦੀਆਂ ਨੇ, ਭਾਵੇਂ ਕੋਈ ਵੀ ਹੈਗੇ ਨੇ, ਭਾਵੇਂ ਰੈਡੀਕਲ ਹੈਗੇ ਨੇ, ਨੋਰਮਲ ਬੰਦੇ ਨੇ, ਅਸੀਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ, ਅਸੀਂ ਨਾਲ ਹੀ ਅਪੀਲ ਵੀ ਕਰਦੇ ਹਾਂ ਅਤੇ ਧਾਰਨਾ ਵੀ ਕਰਦੇ ਹਾਂ ਵੀ ਕਿਸੇ ਵੀ ਮੁੱਦੇ ਨੂੰ
ਬਿਨਾਂ ਵਜ੍ਹਾ ਉਹਨੂੰ ਕੋਈ ਧਾਰਮਿਕ ਰੰਗਤ ਦੇ ਕੇ, ਉਹਨੂੰ ਕਿਸੇ ਕਿਸੇ ਪਾਰਟੀਕੁਲਰ ਕਮਿਊਨਿਟੀ ਦੀ ਰੰਗਤ ਦੇ ਕੇ ਇੱਕ ਦੂਜੇ ਦੇ ਖਿਲਾਫ ਉਛਾਲਣਾ ਜਾਂ ਕਿਸੇ ਵੀ ਕਿਸਮ ਦੀ ਜਿਹੜੀ ਹੇਟ ਸਪੀਚ ਆ ਉਹ ਟੋਲਰੇਟ ਨਹੀਂ ਕੀਤੀ ਜਾਵੇਗੀ। ਉਹਦੇ ਖਿਲਾਫ ਜੇ ਵੀ ਕੋਈ ਅਜਿਹਾ ਕਰੇਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਸੀਂ ਜਿਹੜੇ ਇਹਨਾਂ ਸੰਸਥਾਵਾਂ ਨਾਲ ਸੰਬੰਧਿਤ ਵਿਅਕਤੀ ਸੀ ਉਹਨਾਂ ਨਾਲ ਪਰਸਨਲ ਇੰਡੀਵਿਜੁਅਲ ਲੈਵਲ ਤੇ ਇੱਕ ਸਾਡੇ ਆਫਿਸਰਸ ਨੇ ਮੀਟਿੰਗਸ ਕਰਕੇ ਉਹਨਾਂ ਨੂੰ ਇਸ ਗੱਲ ਸੰਬੰਧੀ ਬਰੀਫ ਕਰ ਦਿੱਤਾ ਕਿ ਬਿਨਾਂ ਵਜ੍ਹਾ ਹੀ ਗੱਲ ਕੋਈ ਹੋਰ ਹੁੰਦੀ ਆ, ਆਪਣੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਮੀਡੀਆ ਦੇ ਵਿੱਚ ਆਉਣ ਦੇ ਪਰਪਸ ਦੇ ਲਈ, ਆਪਣੀ ਥੋੜ੍ਹੀ ਜਿਹੀ ਫਿਗਰ ਨੂੰ ਮੀਡੀਆ ਸ਼ੋ ਕਰਨ ਦੇ ਪਰਪਸ ਦੇ ਲਈ ਉਹ ਅਜਿਹੀਆਂ ਕੋਈ ਸਪੀਚਾਂ ਨੇ ਜਿਨ੍ਹਾਂ ਨਾਲ ਉਹਨਾਂ ਨੂੰ ਵਧਾਵਾ ਮਿਲਦਾ, ਜਿਨ੍ਹਾਂ ਨਾਲ ਅਜਿਹਾ ਲੱਗਦਾ ਵੀ ਇਹ ਇੱਕ ਇੱਕ ਇਸ ਕਮਿਊਨਿਟੀ ਦੇ ਖਿਲਾਫ਼ ਹੋ ਗਿਆ, ਦੂਸਰਾ ਕਹਿੰਦਾ ਉਸ ਕਮਿਊਨਿਟੀ ਦੇ ਖਿਲਾਫ਼ ਹੋ ਗਿਆ। ਬਿਨਾਂ ਵਜ੍ਹਾ ਆਪਣੇ ਦੂਜੇ ਆਪਣੇ ਆਪ ਨੂੰ ਚੰਗਾ ਸਮਝ ਕੇ ਵੀ ਚਿੱਕੜ ਸੁੱਟਾਂਗੇ, ਅਸੀਂ ਪਬਲਿਕ ਸਿਟੀ 'ਚ ਆਵਾਂਗੇ, ਉਹਨਾਂ ਨੂੰ ਅਸੀਂ ਬਰੀਫ ਕਰ ਦਿੱਤਾ ਅਤੇ ਨਾਲ ਹੀ ਆ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਹ ਤਾੜਨਾ ਵੀ ਕਰਤੀ ਆ ਵੀ ਅਜਿਹੀ ਕਿਸੇ ਵੀ ਕਿਸਮ ਦੀ ਹੇਟ ਸਪੀਚ ਜਾਂ ਕਿਸੇ ਵੀ ਕਿਸੇ ਹੋਰ ਆਪਣੇ ਜਿਹੜੇ ਦੂਸਰੀ ਕਮਿਊਨਿਟੀ ਦੇ ਖਿਲਾਫ਼ ਕੋਈ ਵੀ ਜਿਹੜੀ ਗੱਲ ਆ, ਅਗਰ ਕੋਈ ਇੱਦਾਂ ਦੀ ਜਿਹੜੀ ਨਜਾਇਜ਼ ਕਰੇਗਾ ਗਲਤ ਕਰੇਗਾ ਉਹਨੂੰ ਕਿਸੇ ਨੂੰ ਅਸੀਂ ਟੋਲਰੇਟ ਨਹੀਂ ਕਰਾਂਗੇ। ਉਹੀ ਅਸੀਂ ਇਹ ਮੈਸੇਜ ਵੀ ਦੇਣਾ ਚਾਹੁੰਦੇ ਹਾਂ, ਉਹਨਾਂ ਨੂੰ ਅਪੀਲ ਵੀ ਕਰਦੇ ਹਾਂ ਅਤੇ ਉਹਨਾਂ ਨੂੰ ਅਸੀਂ ਇਸ ਗੱਲੋਂ ਵਾਰਨਿੰਗ ਵੀ ਦਿੰਦੇ ਹਾਂ ਵੀ ਇਟ ਵੋਂਟ ਬੀ ਟੋਲਰੇਟਡ, ਜੇ ਇਹੋ ਜਿਹਾ ਕੋਈ ਕਾਰਵਾਈ ਕਰੇਗਾ ਕਾਨੂੰਨ ਅਨੁਸਾਰ ਜਿਹੜੀ ਉਹਦੇ ਬਣਦੀ ਕਾਰਵਾਈ ਕੀਤੀ ਜਾਏ। ਉਹ ਉਹਨਾਂ ਨੇ ਪਿਛਲੇ ਸਮੇਂ ਇਹੀ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ, ਕਿਸੇ ਦੁਕਾਨਦਾਰ ਤੋਂ ਇੱਕ ਤਰ੍ਹਾਂ ਦੀ ਐਕਸਟੋਰਸ਼ਨ ਕੀਤੀ ਸੀ, ਉਹਦੇ ਕੋਲ ਗਏ ਸੀ ਐਕਸਟੋਰਸ਼ਨ ਕਰਨ ਦੇ ਬਹਾਨੇ, ਆਪਣੇ ਆਪਣੇ ਤਰੀਕੇ ਨਾਲ ਉਹਨੂੰ ਕਹਿੰਦੇ ਤੂੰ ਜਿਹੜੀਆਂ ਮੋਬਾਈਲ ਦੇ ਵਿੱਚ ਜਾਲੀ ਚਿੱਪਾਂ ਜਿਹੜੀਆਂ ਪਾ ਕੇ ਵੇਚਦਾ, ਜਾਲੀ ਚਿੱਪਾਂ ਦੇ ਅਤੇ ਨਾਲ ਤੂੰ ਆਪਣੇ ਜਾਲੀ ਜਿਹੜੇ ਮੋਬਾਈਲ ਆ ਇੱਦਾਂ ਦੇ ਕੰਮ ਕਰਦਾ ਗਾ। ਉਸ ਦੇ ਆਧਾਰ 'ਤੇ ਉਹਨਾਂ ਦੋਨਾਂ ਨੌਜਵਾਨਾਂ ਨੇ ਉਸ ਵਿਅਕਤੀ ਦੇ ਜਿਹੜੇ ਲੈਪਟੋਪ, 4 ਲੈਪਟੋਪ ਚੱਕ ਲਏ ਸੀ, ਪਲੱਸ ਉਹਨਾਂ ਨੂੰ ਕਾਫ਼ੀ ਮੋਬਾਈਲ ਜਿਹੜੇ ਡੱਬੇ 'ਚ ਬੰਦ ਕਰਕੇ ਲੈ ਗਏ ਸੀਗੇ। ਉਹ ਆਪਣੇ ਇੰਡੀਵਿਜੁਅਲ ਕਿਸੇ ਥਾਂ 'ਤੇ ਲਿਜਾ ਕੇ ਉਹਨਾਂ ਨੇ ਉਸ ਦੁਕਾਨਦਾਰ ਨੂੰ ਉੱਥੇ ਬੁਲਾਇਆ, ਉਸ ਦੁਕਾਨਦਾਰ ਨੂੰ ਬੁਲਾ ਕੇ ਉਦੋਂ 6 ਲੱਖ ਰੁਪਇਆ ਜਿਹੜਾ ਕੈਸ਼ ਲੈ ਲਿਆ ਸੀਗਾ, 3 ਤੇ 3 2 ਲੱਖ ਰੁਪਇਆ, 6 ਲੱਖ ਰੁਪਇਆ ਕੈਸ਼ ਲੈ ਲਿਆ ਅਤੇ ਉਹਨੂੰ 15 ਲੱਖ ਰੁਪਏ ਦੀ ਇੱਕ ਚਿੱਟ ਕਰਕੇ ਦੇਤੀ ਸੀ ਵੀ ਇਹ ਇੱਕ ਇਹ ਜਿਹੜਾ ਅਸੀਂ ਜਿਹੜੀ ਡੋਨੇਸ਼ਨ ਲੈ ਲਈ ਆ ਉਸ ਵਜ੍ਹਾ ਕਰਕੇ ਉਸ ਜਿਹੜਾ ਵਿਅਕਤੀ ਸੀਗਾ ਉਸ ਵਿਅਕਤੀ ਦੇ ਬਿਆਨ 'ਤੇ ਜਿਹੜਾ ਗਰੀਬ ਹੈਗਾ ਸੀਗਾ ਉਹਦੇ ਬਿਆਨ 'ਤੇ ਪਰਚਾ ਦਰਜ ਕੀਤਾ ਸੀ। ਉਸ ਪਰਚਾ ਦਰਜ ਕਰਨ ਦੀ ਕਾਰਵਾਈ ਦੇ ਅਧੀਨ ਹੀ ਉਹ ਦੋਨਾਂ ਜਿਹੜਾ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਜਿਹੀ ਜਿਹੜੀ ਕਾਰਵਾਈ ਆ ਉਹ ਵੈਰੀ ਗੈਰ ਕਾਨੂੰਨੀ ਸੀ ਅਤੇ ਉਹ ਵੀ ਇਸ ਤਰੀਕੇ ਨਾਲ ਕਹਿੰਦੇ ਆ ਵੀ ਕੋਈ ਵੀ ਕਾਨੂੰਨ ਨੂੰ ਭਾਵੇਂ ਉਹ ਕਿਸੇ ਵੀ ਭਾਵੇਂ ਧਰਮ, ਮਜ੍ਹਬ ਜਾਂ ਸੰਸਥਾ ਜਾਂ ਕਿਸੇ ਨਾਲ ਸੰਬੰਧ ਰੱਖਦਾ ਹੋਵੇ, ਜੇ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥਾਂ 'ਚ ਲਵੇਗਾ ਉਹਨੂੰ ਟੋਲਰੇਟ ਨਹੀਂ ਕੀਤਾ ਜਾਵੇ।